ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਹਲਕਾ ਘਨੌਰ ਦੇ ਬਲਾਕ ਸਰਕਲ ਪ੍ਰਧਾਨਾਂ, ਯੂਥ ਵਿੰਗ ਪ੍ਰਧਾਨਾਂ, ਕੌਂਸਲਰਾਂ ਸਮੇਤ ਵੱਖ ਵੱਖ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪਟਿਆਲਾ ਤੋਂ ਲੋਕ ਸਭਾ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ। ਦੇਖੋ, ਮੁੱਖ ਮੁਕਾਬਲਾ ਮੈਨੂੰ ਲੱਗਦਾ ਨਹੀਂ ਹੈ ਜੀ, ਮਤਲਬ ਕਿਉਂਕਿ ਉਹਦੇ 'ਚ ਉਹਦੇ ਕਈ ਕਾਰਨ ਹੈ ਜੀ। ਮੈਂ ਗੱਲ ਕਿਉਂ ਕਹਿ ਰਿਹਾ ਜੀ, ਪਹਿਲਾਂ ਇੱਥੋਂ 4 ਵਾਰੀ MP ਜਿਹੜੇ ਸੀ ਉਹ ਪ੍ਰਨੀਤ ਕੌਰ ਜੀ ਰਹੇ ਆ, ਜੋ ਕਿ ਇਸ ਵੇਲੇ BJP ਦੇ ਕੈਂਡੀਡੇਟ ਆ। BJP ਦਾ ਬਹੁਤ ਵਿਰੋਧ ਹੈ ਜੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਲੋਕ ਵੜਨ ਨਹੀਂ ਦੇ ਰਹੇ, ਕਾਲੇ ਝੰਡਿਆਂ ਨਾਲ ਸਵਾਗਤ ਕਰਦੇ ਆ। ਔਰ ਜਿਹੜੀ ਪਾਰਟੀ ਨੇ ਉਹਨਾਂ ਨੂੰ 4 ਵਾਰੀ MP ਬਣਾਇਆ, 1 ਵਾਰੀ ਕੇਂਦਰ 'ਚ ਮੰਤਰੀ ਬਣਾਇਆ, ਉਹਨਾਂ ਦੇ ਘਰ ਵਾਲੇ ਨੂੰ 5-6 ਵਾਰੀ MLA ਬਣਾਇਆ, 2 ਵਾਰੀ CM ਬਣਾਇਆ। ਪਹਿਲਾ ਸਵਾਲ ਤਾਂ ਲੋਕਾਂ ਦਾ ਇਹ ਵੀ ਤੁਸੀਂ ਪਟਿਆਲੇ ਵਾਸਤੇ, ਪੰਜਾਬ ਵਾਸਤੇ ਕੰਮ ਕੀ ਕੀਤਾ? ਦੂਜੀ ਗੱਲ ਹੈ ਕਿ ਤੁਹਾਨੂੰ ਅਸੀਂ ਜੋ ਕੁਛ ਦਿੱਤਾ, ਮੁੱਖ ਮੰਤਰੀ ਬਣਾ ਤਾ, ਕੇਂਦਰ ਦੇ ਮੰਤਰੀ ਬਣਾ ਤਾ, ਹੋਰ ਤੁਹਾਨੂੰ ਕੀ ਦੇ ਦਈਏ? ਰੱਬ ਦੇ ਦਈਏ ਤੁਹਾਨੂੰ? ਅਤੇ ਤੁਸੀਂ ਉਸ ਪਾਰਟੀ ਨੂੰ ਤਲਾਂਜਲੀ ਦੇ ਕੇ ਚਲੇ ਗਿਆ। ਸਾਨੂੰ ਦੱਸੋ ਵੀ ਤੁਸੀਂ ਉਸ ਪਾਰਟੀ ਤੋਂ ਚੁਣੇ ਹੋਏ ਸੀਗੇ, ਤੁਸੀਂ ਕੰਮ ਕੀ ਕੀਤਾ, ਇਹਨੂੰ ਤਲਾਂਜਲੀ ਕਿਉਂ ਦਿੱਤੀ? ਉਹ ਸਾਰੇ ਕਾਂਗਰਸ ਵਾਲੇ ਉਹਨਾਂ ਦੇ ਨਾਲ ਨਾਰਾਜ਼ ਆ, ਗੁੱਸੇ ਵਿੱਚ ਆ ਜੀ। ਦੂਜੇ ਪਾਸੇ ਉਹ BJP 'ਚ ਗਏ, ਕਹਿੰਦੇ ਪਹਿਲਾਂ ਉੱਧਰ, ਹੁਣ ਇੱਧਰ ਆ ਗਏ। ਠੀਕ ਆ ਜੀ, ਉਹ ਵੀ ਨਾਰਾਜ਼ ਆ, ਉੱਧਰੋਂ ਸਾਰਾ ਉਹਨਾਂ ਦਾ, ਉੱਥੇ ਵੀ ਇਹਨਾਂ ਦਾ ਵਿਰੋਧ ਹੈ, ਕਿਸਾਨਾਂ 'ਚ ਵਿਰੋਧ ਹੈ, ਮਜ਼ਦੂਰਾਂ 'ਚ ਵਿਰੋਧ ਹੈ, ਜਿਹੜੇ ਮਤਲਬ ਹੁਣ ਕੈਂਡੀਡੇਟ ਹੋਰ ਕਿਹੜਾ ਰਹਿ ਗਿਆ ਜੀ? ਦੂਜੀਆਂ ਪਾਰਟੀਆਂ ਨੂੰ ਕੈਂਡੀਡੇਟ ਲੱਭਦਾ ਨਹੀਂ ਪਿਆ, ਬਾਕੀ ਦੋ ਪਾਰਟੀਆਂ ਨੇ ਹਲੇ ਅਨਾਊਂਸ ਅਜੇ ਨਹੀਂ ਕੀਤਾ। ਧਰਮਵੀਰ ਗਾਂਧੀ ਜੀ ਨੇ ਜੁਆਇਨ ਕੀਤਾ ਜੀ, ਉਹਨਾਂ ਦਾ ਵੀ ਬਹੁਤ ਜ਼ਿਆਦਾ ਵਿਰੋਧ ਹੈ ਜੀ, ਇਸੇ ਕਰਕੇ ਉਹਨਾਂ ਦੀ ਟਿਕਟ ਅਨਾਊਂਸ ਨਹੀਂ ਹੋ ਰਹੀ ਕਿ ਕਾਂਗਰਸ ਦੇ ਵਿੱਚ ਇੰਨਾ ਜ਼ਿਆਦਾ ਵਿਰੋਧ ਹੈ। ਜੇ ਉਹਨਾਂ ਨੂੰ ਟਿਕਟ ਦੇ ਦਿੰਦੇ ਆ, ਜਿਹੜੇ ਬੰਦੇ ਸ਼ਰੇਆਮ ਵਿਰੋਧ ਕਰ ਰਹੇ ਆ ਜੀ, ਓਪਨਲੀ ਵਿਰੋਧ ਕਰ ਰਹੇ ਆ, ਅਖਬਾਰਾਂ 'ਚ ਖਬਰਾਂ ਲੱਗ ਰਹੀਆਂ, ਉਹ ਨਾਲ ਥੋੜ੍ਹੀ ਤੁਰਨਗੇ, ਮਤਲਬ ਨਾ ਜੀ ਉਹਨਾਂ ਦਾ ਵੀ ਵਿਰੋਧ ਹੈ। ਸੋ ਅਕਾਲੀਆਂ ਨੂੰ ਵੀ ਕੈਂਡੀਡੇਟ ਨਹੀਂ ਲੱਭ ਰਿਹਾ ਜੀ, ਮਤਲਬ ਨਾ। ਸੋ ਕੋਈ ਕੰਪੀਟੀਸ਼ਨ ਵਾਲੀ ਗੱਲ ਨਹੀਂ ਹੈ ਜੀ, ਸਾਡਾ ਕੰਪੀਟੀਸ਼ਨ ਆਪਣੇ ਨਾਲ ਹੈ ਕਿ ਜੋ ਅਸੀਂ ਪਿਛਲੀ ਵਾਰੀ ਜਿੰਨੀ ਵੋਟ ਲਈ ਸੀ ਉਸ ਤੋਂ ਵੱਧ ਵੋਟ ਲੈਣੀ ਆ, ਸਾਡਾ ਕੰਪੀਟੀਸ਼ਨ ਹੈ। ਅਸੀਂ ਲੋਕਾਂ ਤੱਕ ਡਾਇਰੈਕਟ ਜਿਹੜਾ ਹੈਗਾ, ਅਸੀਂ ਕੰਮ ਕੀਤੇ, ਅਸੀਂ ਕੰਮ ਦੇ ਬੇਸਿਸ 'ਤੇ, ਜੇ ਚਾਹੇ ਅਸੀਂ ਲੋਕਾਂ ਨੂੰ ਫ੍ਰੀ ਬਿਜਲੀ ਮਿਲੀ ਆ ਜੀ, ਟੋਲ ਪਲਾਜ਼ਾ ਬੰਦ ਕੀਤੇ, ਆਮ ਆਦਮੀ ਕਲੀਨਿਕ ਬਣਾਏ ਆ, ਤੁਹਾਡਾ ਘਨੌਰ ਦੇ ਵਿੱਚ CSC ਬਣਿਆ, ਪਹਿਲਾਂ ਇਹਨਾਂ ਨੂੰ ਠੀਕ ਹੋਇਆ, ਸਮਾਨ ਆ ਰਿਹਾ, ਡਾਕਟਰ ਹੋਰ ਆ ਰਹੇ ਆ, ਬਿਲਕੁਲ ਪਰਫੈਕਟ ਕਰ ਦਿਆਂਗੇ, ਹੋਰ ਮੁਹੱਲਾ ਕਲੀਨਿਕ ਬਣਾਵਾਂਗੇ, ਬਾਕੀ ਦੇ ਹੋਰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਲਾਲ ਘਨੌਰ। ਅੱਜ ਘਨੌਰ ਦੇ ਵਿੱਚ ਪੈਲਸ ਦੇ ਵਿੱਚ ਡਾਕਟਰ ਬਲਵੀਰ ਜੀ, ਜੋ ਪਟਿਆਲਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਜਿਹੜੇ ਮੇਨ ਵਲੰਟੀਅਰ ਨੇ, ਜਿਨ੍ਹਾਂ ਨੇ ਅੱਗੇ ਹੋ ਕੇ ਕਮਾਂਡ ਸੰਭਾਲਣੀ ਹੈ, ਪੰਚ ਸਰਪੰਚ ਮੈਂਬਰ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਡੇ ਸਾਰੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ, ਉਹਨਾਂ ਦੀ 1-to-1 ਮੀਟਿੰਗ ਸੀ। ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਕੰਪੇਨ ਨੂੰ ਕਿਵੇਂ ਤੇਜ਼ ਕਰਨਾ, ਕਿਉਂਕਿ ਅੱਜ ਈਦ ਦਾ ਜਿਹੜਾ ਦਿਹਾੜਾ ਸੀ ਅਤੇ ਸਾਡੇ ਮੁਸਲਮਾਨ ਭਰਾਵਾਂ ਨੂੰ ਜਿਹੜਾ ਵਧਾਈ ਵੀ ਦਿੱਤੀ ਗਈ, ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਦੇ ਦਿਹਾੜੇ ਤੋਂ ਬਾਅਦ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਆ ਜਾਣਗੇ, ਉਹਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਸਮੱਸਿਆ ਨਾ ਆਵੇ, ਆਪਾਂ ਉਹਨਾਂ ਦਾ ਸਾਥ ਦਈਏ, ਅਤੇ ਉਸ ਤੋਂ ਬਾਅਦ ਜਿਹੜੀ ਕੰਪੇਨ ਆ ਇਹਨੂੰ ਆਪਾਂ ਕਿਵੇਂ ਲੋਕਾਂ ਤੱਕ ਆਪਣੀਆਂ, ਜੋ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਕੀਤੇ ਹੋਏ ਕੰਮ ਨੇ, ਚਾਹੇ ਉਹ ਬਿਜਲੀ ਦਾ, ਚਾਹੇ ਉਹ ਨਹਿਰੀ ਪਾਣੀ ਦਾ, ਚਾਹੇ ਪੀਣ ਵਾਲੇ ਪਾਣੀ ਦਾ, ਸਾਰੇ ਜੋ ਕੰਮ ਕੀਤੇ ਨੇ ਉਹਨਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਔਨਲਾਈਨ ਜਿਹੜੀਆਂ ਸੁਵਿਧਾਵਾਂ ਨੇ, ਸੋ ਅੱਜ ਇੱਕ ਐਪ ਡਾਊਨਲੋਡ ਕਰਕੇ ਵਲੰਟੀਅਰਾਂ ਨੂੰ ਉਹਦੇ ਨਾਲ ਜੋੜਿਆ ਗਿਆ, ਅਤੇ ਬਲਵੀਰ ਜੀ ਨੇ ਆਪਦੇ ਜੋ ਉਹਨਾਂ ਦਾ ਸਿਆਸੀ ਤਜਰਬਾ ਉਹਦੇ ਨਾਲ ਗੱਲ ਕੀਤੀ, ਸਾਰੇ ਵਲੰਟੀਅਰਾਂ ਨੂੰ ਮਿਲੇ, ਅਤੇ ਵਧੀਆ ਰਿਹਾ ਹੁੰਗਾਰਾ ਵਲੰਟੀਅਰਾਂ ਦੇ ਵਿੱਚ, ਹੋਰ ਜਿਹੜੀ ਨਵੀਂ ਜਾਨ ਭਰੀ ਜਾਂਦੀ ਹੈ, ਕਿਉਂ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਕੋਲ ਡੋਰ ਟੂ ਡੋਰ ਕਰਨ ਜਾਂਦੇ ਹੋ, ਅਤੇ ਉਹਦੇ ਲਈ ਉਤਸ਼ਾਹ ਹੋਣਾ, ਹੌਸਲਾ ਹੋਣਾ ਬਹੁਤ ਜ਼ਰੂਰੀ ਹੈ। ਸੋ ਅੱਜ ਡਾਕਟਰ ਬਲਵੀਰ ਜੀ ਦਾ ਦੂਸਰੀ ਗੇੜੀ ਸੀ ਘਨੌਰ ਦੇ ਵਿੱਚ, ਅਤੇ ਕੱਲ੍ਹ ਅਸੀਂ ਸ਼ਾਮੀ ਸੁਨੇਹਾ ਲਾਇਆ ਸੀ, ਬਹੁਤ ਛੋਟਾ ਜਿਹਾ ਸੁਨੇਹਾ ਲਾਇਆ ਸੀ, ਅਤੇ ਮੇਨ ਵਰਕਰ ਜਿਹੜੇ ਹਰ ਇੱਕ ਪਿੰਡ ਤੋਂ
ਇੱਕ ਜਾਂ ਦੋ ਜਣਿਆਂ ਨੂੰ ਸੱਦ ਕੇ ਸੋ ਅੱਜ 1-on-1 ਕੀਤਾ ਗਿਆ ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀਆਂ ਨੁੱਕੜ ਮੀਟਿੰਗਾਂ ਆਪਾਂ ਇੱਕ ਪੰਜਾਬੀ ਦੇ ਵਿੱਚ ਕਹਿ ਲਈਏ ਬੈਠਕ ਦੀਆਂ ਮੀਟਿੰਗਾਂ ਵੀ ਸ਼ੁਰੂ ਦਾ ਹੁਣ ਦੌਰ ਅਸੀਂ ਕਰਦੇ ਹਾਂ ਵਲੰਟੀਅਰਾਂ ਨੂੰ ਉਹਦੇ ਲਈ ਦੱਸਿਆ ਗਿਆ ਸੋ ਅਸੀਂ ਸਾਰੇ ਮੀਡੀਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਹਮੇਸ਼ਾ ਇਸ ਕਵਰੇਜ ਨੂੰ ਲੋਕਾਂ ਤੱਕ ਪਹੁੰਚਾਉਂਦੇ।